ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਸਾਨੂੰ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕੋਟਲਾ ਡੂਮ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸ਼੍ਰੀ ਰਾਮ ਤੀਰਥ ਦੇ ਲਾਗੇ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ ਆ, ਸਾਹਿਬ ਸਿੰਘ ਉਹਨਾਂ ਕੋਲ ਆਪਾਂ ਪਹੁੰਚੇ ਹਾਂ। ਅੱਜ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ, ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ, ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾ ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ ਜੀ। ਨਾਮ ਦੱਸ ਦਿਓ ਕਰੀ ਆਪਣਾ। ਨਾਮ ਮੇਰਾ ਸਾਹਿਬ ਸਿੰਘ ਜੀ। ਹਾਂਜੀ। ਤੇ ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਕੋਟਲਾ ਡੂਮ। ਠੀਕ ਹੈ। ਮੋਬਾਈਲ ਨੰਬਰ ਹੈਗਾ 97812। ਲਾਗੇ ਸ਼੍ਰੀ ਰਾਮ ਤੀਰਥ ਪੈ ਜਾਂਦਾ। ਠੀਕ ਹੈ ਜੀ। ਤੇ ਸ਼ੁਰੂਆਤ ਫਿਰ ਆ ਜਿਹੜੀ ਆ ਪਹਿਲੇ ਨੰਬਰ ਵਾਲੀ, ਤਾਂ ਇੱਥੇ ਕਰ ਲਈਏ। ਥਣ ਜਿਹੜੇ ਇਹਦੇ ਤੁਹਾਨੂੰ ਲਾਗੇ ਦਾ ਦਿਖਾਈਏ। ਥਣ ਬੜਾ ਕਮਾਲ ਦਾ ਜਿਹੜਾ ਇਹਦਾ ਦੇਖ ਸਕਦੇ ਜੀ, ਕਾਫੀ ਚੰਗਾ ਥਣ ਲੱਗਿਆ, ਹਵਾਨੇ ਤੇ ਵੀ ਨਾੜਾਂ ਨੂੜਾਂ ਚੰਗੀਆਂ। ਕਿੰਨਵਾਂ ਸੂਆ ਹੋ ਗਈ ਵੀਰ ਜੀ? ਵੀਰ ਜੀ, ਤੀਜਾ ਸੂਆ ਸੂਈ ਜੇ। ਠੀਕ ਆ। ਹਾਂਜੀ। ਤੇ ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ? ਅੱਜ ਚੌਥਾ ਦਿਨ ਹੋਇਆ ਸੂਈ ਨੂੰ। ਚੌਥਾ ਦਿਨ ਆ। ਤੇ ਗੱਬਨ ਲਈ ਤੇ ਮੁੜ ਕੇ ਅਗਲੇ ਦਿਨ ਜਾਂਦੇ ਨੂੰ ਸੂਤੀ ਸੀ। ਅੱਛਾ। ਇਹ ਥੱਲੇ ਕਿੰਨਾ ਵੀਰ ਜੀ ਹੁਣ ਮੌਕੇ ਦੇ ਤਿਆਰ ਜੇ ਤੇ ਕੋਲ? ਇੱਥੇ ਦੇ ਇਸ ਟਾਈਮ ਜਿਹੜਾ ਵੀਰ ਜੀ, ਭਾਵੇਂ ਮਿਣਕੇ ਕੁਲਾ ਜੇ, ਭਾਵੇਂ ਬੌਲਾ ਮਾਲੇ, ਭਾਵੇਂ ਦੁੱਧ ਮਿਲਦੇ। ਅੱਛਾ। 17 ਲੀਟਰ ਜਿਹੜਾ ਮੌਕੇ ਦੇ ਤਿਆਰ ਆ, ਚੌਥੇ ਦਿਨ ਦੀ ਸੂਈ ਥੱਲੇ ਜਿਹੜੇ ਸ਼ੈਡ ਚੋਂ ਲਈ ਆ, ਉਹ ਕਹਿੰਦੇ ਸੀ 25 ਲੀਟਰ ਦੁੱਧ ਦੇ ਥੱਲੇ ਚੋਇਆ। ਅੱਛਾ, ਪਿਛਲੇ ਸੋਏ ਦਾ 5 ਲੀਟਰ ਦੁੱਧ ਦਾ ਹੈਗਾ। ਲਿਆ ਖੋਲੋ, ਹਾਂ ਫਿਰ ਤੋਰ ਦਈਏ। ਪੰਜੇ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਜੂਗੀ। ਬਾਕੀ ਥਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ? ਆਪਾਂ ਮੁੱਲ ਵੇਖ ਲਓ ਵੀਰ ਜੀ, ਤੁਸੀਂ ਕਰ ਦਿਓ ਜਿੰਨਾ ਤੁਹਾਨੂੰ ਚੰਗਾ ਲੱਗਦਾ। ਜਾਇਜ਼ ਕਰ ਦਈਏ ਮੁੱਲ, ਮੈਂ 60,000 ਕਰ ਲਈਏ। ਨਹੀਂ, 60 ਨਾ ਕਰੀਏ ਫਿਰ, ਧੁੰਦ ਬੜੀ ਜੇ, ਕਿਸੇ ਠੰਡ 'ਚ ਆਉਣਾ ਆ, ਕੁਛ ਕਰੀਏ ਮਾਣ। ਇਹ ਵੀਰ ਜੀ ਮੁੱਲ ਕੰਮ ਭਾਵੇਂ 60 ਕਰ ਲਓ, 55 ਕਰ ਲਓ। ਅੱਛਾ। 52,000 'ਚ ਮਾਨਤਾ ਕਰ ਦਾਂਗੇ। 52,000 'ਚ ਮਾਨਤਾ ਕਰ ਦਿਓਗੇ। ਹੁਣ ਮੌਕੇ 'ਤੇ ਕਿੰਨਾ ਚਵਾ ਦਿਓਗੇ ਘਰੋਂ? ਤੁਸੀਂ 16 ਲੀਟਰ ਐਵੇਂ ਕਹੋ, ਹੋਊ 17 ਹੀ। ਅੱਛਾ। ਮਤਲਬ ਚੌਥੇ ਦਿਨ ਦੀ ਸੂਈ ਦੇ ਥੱਲੇ? ਚੌਥੇ ਦਿਨ ਦੀ ਸੂਈ ਥੱਲੇ। ਤੇ ਦੁੱਧ 25 ਤੋਂ ਬਾਹਰ ਜਾਊਗੀ। ਤੇ ਬੱਚਾ ਕੀ ਇਹਦੇ ਮਗਰ? ਬੱਚਾ ਮਗਰ ਬੱਚਾ ਹੈ, ਮਗਰ ਇਹਦੇ ਬੱਚਾ। ਚਲੋ ਬੱਚਾ ਤੁਹਾਨੂੰ ਹੁਣ ਇਹਦਾ ਦਿਖਾ ਦਿੰਦੇ ਹਾਂ। ਹੁਣ ਇੱਕ ਹੋਰ ਤੁਹਾਨੂੰ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ। ਇਹਨਾਂ ਰੱਸੀਆਂ ਵਿੱਚ ਜੀ ਬੜੀਆਂ ਰੰਗ ਬਿਰੰਗੀਆਂ ਪਾਈਆਂ ਜੀ। ਵੀਰ ਜੀ ਲਿਆਈ ਹੈ? ਠੀਕ ਆ। ਤੁਹਾਨੂੰ ਪਤਾ ਹੁਣ ਇਹ ਲਿਆਈ ਆ, ਤਾਂ ਹੀ ਉਹ ਡਿੰਗੀ ਨਾ ਵੀ ਦਈ ਆ ਰੱਸੀਆਂ, ਦੇਖ ਸਕਦੇ ਜੀ ਨਵੀਆਂ ਹੀ ਪਾਈਆਂ ਕਿਸੇ ਵੀਰ ਨੇ। ਤੇ ਕਿੰਨਾ ਕੁ ਚਿਰ ਹੋਇਆ ਵੀਰ ਜੀ ਇਹਨਾਂ ਸੂਈ ਨੂੰ? ਇਹ ਵੀਰ ਜੀ ਨੂੰ 7 ਦਿਨ ਹੋਏ ਆ ਘਰ ਆਇਆ ਕਹਿੰਦੇ ਸੂਈ ਨੂੰ। ਤੇ ਕਿੰਨਾ ਦੁੱਧ ਤਿਆਰ ਮੌਕੇ ਤੇ? ਇੱਥੇ 14 ਲੀਟਰ ਤੋਂ ਬਾਹਰ ਹੀ ਆਈ, ਚੋ ਕੇ ਲਈ ਦੋਨੋਂ ਤਿਆਰ 14 ਲੀਟਰ। ਹਾਂਜੀ ਠੀਕ ਹੈ। ਤੇ ਕਿੰਨਾ ਚਵਾਈ ਜਾਊਗੀ? 16-17 ਲੀਟਰ ਦੇ ਜੂਗੀ ਆਰਾਮ ਨਾਲ ਜੀ। ਅੱਛਾ, ਲੈ ਖੋਲੀਏ ਫਿਰ ਤੋਰ ਦਈਏ ਇਹਨਾਂ। ਲੈ ਜੀ 14 ਲੀਟਰ ਜਿਹੜਾ ਮੌਕੇ ਦੇ ਤਿਆਰ ਦੱਸ ਦੇ ਇਹਦੇ ਕੋਲ, 16-17 ਲੀਟਰ ਇਹ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਲੈ ਜਾ ਵੀਰ ਜੀ, ਬਾਕੀ ਧੁੰਦ ਪੂਰੀ ਪਈ ਅੱਜ ਵੀ, ਸਾਰੇ ਵੀਰਾਂ ਨੂੰ ਪਤਾ ਹੀ ਹੈ ਧੁੰਦਾਂ ਦਈਆਂ ਵਾ ਪੈਣਾ। ਬਾਕੀ ਫਿਰ ਵੀ ਕੋਈ ਵੀਰ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਕੇ ਖੜੇ, ਜੇ ਕੋਈ ਵੀਰ ਨਹੀਂ ਪਹੁੰਚ ਸਕਦਾ ਤਾਂ ਵੀਡੀਓ ਕਾਲ 'ਤੇ ਚਵਾ ਲੇ।
ਹਾਂ ਦੇਖ ਸਕਦੇ ਸਾਣੀ ਦੇ ਲਾਗੇ ਤੋਂ। ਤੇ ਵੀਰ ਜੀ ਇਹ ਕਿੰਨੇ ਦੀ ਦੇ ਦਈਏ ਫਿਰ ਆਪਾਂ? ਇਹਦਾ ਵੇਖ ਲਓ ਜੀ, ਜੇ ਤਾਂ ਦੁੱਧ ਵਾਲਾ ਹਿਸਾਬ ਲਈਏ ਮੇਰੇ ਸਾਨੂੰ ਵੱਧ ਹੀ ਕੱਢੂਗੀ ਦੁੱਧ, ਇਹਨਾਂ ਦਾ ਆਰਾਮ ਨਾਲ ਇਸ ਟਾਈਮ ਜਿਹੜਾ ਮੌਜੂਦਾ ਪਿਛਲੇ ਘਰ ਦਾ ਤੁਹਾਨੂੰ ਘਰ ਵਾਲੇ ਦੀ ਸੇਵਾ ਦਾ ਦੱਸਣ ਡਿਆ ਵੀ ਇੰਨਾ ਦੁੱਧ ਆ ਇਸ ਟਾਈਮ। ਠੀਕ ਆ ਹਾਂਜੀ, ਜਿਹੜੀ ਦੋ ਡੰਗ ਚੋ ਕੇ ਲਈ ਅਸੀਂ। ਠੀਕ ਆ, ਕੱਦਮ ਨੂੰ 17-18 ਵੀ ਪੜ੍ਹਦੀ, ਬਾਕੀ ਭਰਾ ਜੇ ਕੋਈ ਸਾਂਭੂ ਤੇ ਹਾਂਜੀ ਹਾਂਜੀ ਭਰਾ ਜਾ ਕੇ ਸਾਂਭ ਕਰੇ ਤੇ ਡੰਗਰ ਨੇ ਫੇਰ ਹੀ ਦੇਣਾ ਵਾ। ਹਾਂਜੀ ਹਾਂਜੀ, ਤੁਸੀਂ ਦੱਸ ਦੋ ਜੋ ਕਿੰਨੇ ਦੇ ਮੁਕਾ ਦਈਏ, ਜਿੰਨੇ ਚੰਗੀ ਲੱਗਦੀ ਤੁਸੀਂ ਦੱਸ ਦੋ ਕਿੰਨੇ ਦੀ, ਤੁਸੀਂ ਦੱਸਣਾ ਜੇ। ਮੈਂ ਤਾਂ ਮੈਂ ਵੀ 50 ਦੀ ਦੇ ਦਈਏ। ਨਹੀਂ 50 ਦੀ ਨਾ ਦੋ, ਹਾਂਜੀ ਕਰੀਏ ਮਾਨਤਨ ਵਿੱਚੋਂ। ਇਹ ਵੀ 42,000 'ਚ ਮਾਨਤਨ ਕਰ ਦਾਂਗੇ, 42,000 'ਚ ਮਾਨਤਨ ਕਰ ਦਾਂਗੇ, ਬਾਕੀ ਕੋਈ ਫੋਨ ਲਾਵੇ ਹਨਾ ਕਰੀ ਦੇ ਦਾਂਗੇ, ਬਾਕੀ ਫੋਨ ਲਾਵੇ ਭੈਣ ਭਰਾ ਦੋਵੇਂ ਦੇੜੀਆਂ ਦੇ ਦੋਗੇ, ਬਸ ਇਹ ਕਿ ਫੋਨ ਇੱਕ ਵਾਰੀ ਕੋਈ ਲਾਵੇ ਜੇ ਤੇ ਪਸੰਦ ਆਉਂਦੀਆਂ ਸਬਦ ਆਪੇ ਮੌਕੇ ਤੇ ਹੋ ਜਾਊਗਾ। ਤੇ ਹੁਣ ਇੱਕ ਹੋਰ ਆ ਵੀ ਸੂਈ ਸਵਾਈ ਜੇ, ਹਾਂਜੀ ਸੂਈ, ਇਹਦਾ ਬੱਚਾ, ਇਹ ਵੀ ਮਗਰ ਬੱਚਾ ਹੀ ਅੰਦਰ ਹੀ ਹੈ, ਕਿੱਧਰ ਹੈ ਜੇ ਬੱਚਾ ਇਹਦਾ, ਬੱਚੇ ਆਵੇ ਕੋਈ ਦੋਵਾਂ ਦੇ ਇੱਧਰ ਹੀ ਜੇ, ਨਹੀਂ ਦੋਵਾਂ ਦੇ ਇੱਧਰ ਇੱਕ ਦੂਸਰੇ ਆ ਜਿਹੜੇ ਹੁਣ ਵਿਖਾਉਣ ਲੱਗੇ ਆਪਾਂ ਉਹਦਾ ਬੱਚਾ ਜਿਹਾ, ਤੇ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਉਹਦਾ ਬੱਚਾ ਕਿਹੜਾ ਜੀ? ਆਹ ਜਿਹੜੀ ਹੁਣ ਤੁਹਾਨੂੰ ਐਂਡ ਤੇ ਦਿਖਾਉਣੀ ਆ ਉਹਦਾ ਬੱਚਾ ਆ ਆ ਨਾੜੂ ਜਿਹੜਾ ਨਾਲ ਹੀ ਆ, ਤੇ ਪਹਿਲੇ ਵਾਲੀ ਦਾ ਵੀ ਤੁਹਾਨੂੰ ਦਿਖਾ ਦਈ, ਆਹ ਪਹਿਲੇ ਨੰਬਰ ਵਾਲੀ ਦਾ ਬੱਚਾ ਵਾ ਜਿਹੜਾ। ਤੇ ਵੀਰ ਜੀ ਹੁਣ ਆਪਾਂ ਜਿਹੜੀ ਤੀਸਰੇ ਨੰਬਰ ਤੇ ਵਿਖਾਉਣੀ ਆ, ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਵੀਰ ਜੀ ਅਜੇ 3 ਦਿਨ ਹੋਇਆ ਸੂਈ ਨੂੰ। ਅੱਛਾ, ਤੇ ਪਹਿਲਾ ਸੂਆ ਜੀ? ਪਹਿਲਾ ਸੂਆ ਆ, ਹਾਂਜੀ। ਇਹਦੇ ਕੋਲ ਕਿੰਨਾ ਕੁ ਬੋਲਾ ਜੀ? ਇਹ ਥੱਲੇ ਕੋਈ 7 ਲੀਟਰ ਮਤਲਬ ਕਿ ਖੁੱਲਾ ਡੁੱਲਾ ਵਾ। ਤੇ ਇਹ ਕਿੰਨਾ ਚਵਾਈ ਜਾਊਗੀ? ਇਹ ਵੀ 12-13 ਲੀਟਰ ਤੇ ਆਰਾਮ ਨਾਲ ਦੂਗੀ, ਉਹਦਾ ਕੱਦ ਵਜਣ ਦੀ ਵੇਖੋ ਵੱਡੀ ਸਾਰੀ। ਆਹੋ ਕੱਦ ਕਾਟ ਤੇ ਇਹਦਾ ਵੀ ਉਹਦੇ ਜਿੱਡਾ ਹੀ ਆ। ਹਾਂਜੀ ਜੀ, ਲਿਆ ਖੋਲੋ ਫਿਰ ਤੋੜ ਦਈਏ ਇਹਨਾਂ ਵਿੱਚ। ਪਹਿਲਾਂ ਨੇ ਵਛੀ ਤੇ ਉਤਰਾ ਠੰਡੀ ਦੇ ਰਹੀ ਆ। ਬਸ ਏਦਾਂ ਠੰਡੀ ਦੀ ਰੀ, ਮਾੜਾ ਤੁਹਾਨੂੰ ਪਤਾ ਪਹਿਲਾਂ ਕਈ ਆ ਚੋਣ ਚਾਨ ਮਾੜਾ ਮੋਟਾ ਕਰਦੀ ਆ, ਠੀਕ ਨਹੀਂ ਸੈਟ ਤੇ ਬਸ ਦੋ ਜਾਂ ਚਵਾਈਆਂ ਲੱਗੀਆਂ ਸੈਟ। ਤੇ ਰੱਸੀ ਪਾ ਕੇ ਚਵਾਈ ਕਰਦੇ? ਹਾਂਜੀ ਰੱਸੀ ਪਾ ਕੇ, ਰੱਸੀ ਪਾ ਕੇ ਕਹਿੰਦੇ ਚਵਾਈ ਕਰਦੇ। ਤੇ ਇਹਦਾ ਕੀ ਰੱਖੀ ਵੀਰ ਜੀ ਫਿਰ ਆਪਾਂ ਮੁੱਲ? ਜੇ ਕੱਦ ਵਜਨ ਦਾ ਹਿਸਾਬ ਲਈਏ ਤੇ ਵੇਖ ਲਓ ਇੱਕ ਤੇ ਦੂਜੀ ਵੱਛੀ ਨੂੰ ਤਗੜੀ ਆ। ਹਾਂਜੀ ਹਾਂਜੀ, ਪਰ ਆਪਾਂ ਜਾਇਜ਼ ਨਹੀਂ ਹੁੰਦੀ, ਜਾਇਜ਼ ਹੀ ਦੇ ਦੇਣੀ ਵੀਰ ਜੀ। ਅੱਛਾ ਹਾਂਜੀ, ਇਹਦਾ 30,000 ਚ ਮਾਨਤਨ ਕਰ ਦਾਂਗੇ ਜੀ। 30,000 ਚ ਮਾਨਤਨ ਕਰ ਦੋਗੇ? ਠੀਕ ਹੈ ਜੀ। ਅੱਛੀ ਚੌਥ ਦੁੱਧ 14-15 ਕਰ ਦਿਓ, ਪਹਿਲਾਂ ਇਹਨੇ ਚਵਾਈਆਂ ਨਾ ਬੰਨ ਲੈ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬਸ ਇਹੀ ਜਿਹੜਾ ਭੈਣ ਭਰਾ ਉਹਦਾ ਇੱਥੇ ਤਸੱਲੀ ਕਰਕੇ ਲੈ ਜਾਵੇ। ਹਾਂਜੀ ਹਾਂਜੀ, ਨਾ ਮੁੜ ਕੇ ਕਿਸੇ ਨੂੰ ਨਾ ਮੰਨੋ ਤੇ ਨਾ ਕੋ ਲਓ। ਹਾਂਜੀ ਹਾਂਜੀ, ਠੀਕ ਹੈ, ਹੱਥ ਜੋੜ ਕੇ ਬੇਨਤੀ ਆ ਮੁੜ ਕੇ, ਦੱਸਾਂ ਗੱਲ ਕੀ ਆ। ਹਾਂਜੀ, ਮੁੜ ਕੇ ਨਹੀਂ ਚੰਗੇ ਲੱਗੀਦਾ। ਹਾਂਜੀ ਹਾਂਜੀ, ਮੁੜ ਕੇ ਡੰਗਰ ਖੜ ਕੇ ਜਿੱਦਾਂ ਕੋਈ ਗੱਭਣ ਵਹਿਰ ਲੈ ਜਾਵੇ। ਹਾਂਜੀ, ਖੜ ਕੇ ਆ ਚ ਆਖ ਦਿੰਦੇ, 2-4 ਦਿਨ ਠੰਡ ਦਾ ਮੌਸਮ ਕਰਕੇ ਵੱਧ ਵੀ ਲੈ ਜਾਂਦਾ ਡੰਗਰ। ਹਾਂਜੀ ਹਾਂਜੀ, ਤੇ ਮੁੜ ਕੇ ਜਾ ਕੇ ਗਲਤ ਮੁੰਡੇ ਕਿਸੇ ਨੂੰ ਬੋਲਣਾ ਉਹਦੇ ਨਾਲ ਚੰਗਾ ਹੈ ਵੀ ਇੱਥੇ ਆਓ, ਤਸੱਲੀ ਆਪਣੀ ਕਰਕੇ ਖੜੋ। ਹਾਂਜੀ ਹਾਂਜੀ, ਠੀਕ ਹੈ ਵੀਰ ਜੀ, ਜਿਸ ਤਰ੍ਹਾਂ ਕਿ ਵੀਰ ਜੀ ਉਹਨਾਂ ਨੇ ਕਿਹਾ ਕਿ ਇੱਥੇ ਆਓ, ਤਸੱਲੀ ਕਰਕੇ ਖੜੋ, ਪਸੰਦ ਆਉਂਦੀ ਹੈ ਲੈ ਜਾਓ, ਨਹੀਂ ਪਸੰਦ ਆਉਂਦੀ ਤਾਂ ਆਪਣੀ ਮਰਜ਼ੀ ਕਰ ਲਓ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।